ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰ ਹਜ਼ੂਰੀ ਵਿੱਚ ਬਿਹਤਰੀਨ ਕਲਮਾਂ ਦੀਆਂ ਕਵਿਤਾਵਾਂ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰੂ ਸਵਾਈ ਸਾਸ ਨੂੰ ਜਿਓ ਆਓ। ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਜੀ, ਬੁਲਾਈਏ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜਿਹੜੀ ਮੈਂ ਰਚਨਾ ਆਪ ਜੀ ਦੇ ਸਨਮੁਖ ਪੇਸ਼ ਕਰਨੀ ਹੈ, ਉਸ ਤੋਂ ਪਹਿਲਾਂ ਦੋ ਸ਼ੇਰ ਮੈਂ ਇਸ ਪਾਵਨ ਪਵਿੱਤਰ ਅਸਥਾਨ ਤੇ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਆਪਣੇ ਕਵੀਆਂ ਦੇ ਪਾਸੋਂ ਰਚਨਾਵਾਂ ਸੁਣਦੇ ਸੀ ਤੇ ਕਵੀ ਦਰਬਾਰ ਸਜਾਉਂਦੇ ਸੀ। ਸਤਸੰਗ ਜੀ ਅਸੀਸ ਬਖਸ਼ਣਾ ਕਿ ਪੌਂਟਾ ਸਾਹਿਬ ਵਿੱਚ ਖੂਬ ਦੀਵਾਨ ਸਜਦੇ, ਕੰਢੇ ਜਮਨਾ ਤੇ ਕਵੀ ਦਰਬਾਰ ਹੁੰਦੇ। ਕਿ ਪੌਂਟਾ ਸਾਹਿਬ ਵਿੱਚ ਖੂਬ ਦੀਵਾਨ ਸਜਦੇ, ਕੰਢੇ ਜਮਨਾ ਦੇ ਕਵੀ ਦਰਬਾਰ ਹੁੰਦੇ। ਜਿਹੜੇ ਭਰਦੇ ਸੀ ਤਾਣ ਨਿਤਾਣਿਆਂ ਵਿੱਚ, ਤਪਦੇ ਹੋਏ ਹਿਰਦੇ ਠੰਡੇ ਠਾਰ ਹੁੰਦੇ। ਜੋ ਕੁਰਬਾਨੀ ਦੇ ਜਜ਼ਬਿਆਂ ਵਿੱਚ ਰੰਗਦੇ, ਹੁਕਮ ਮੰਨ ਕੇ ਸਿੱਖ ਤਿਆਰ ਹੁੰਦੇ। ਗੁਰੂ ਸ਼ਾਇਰ ਸਨ, ਗੁਰੂ ਸ਼ਾਇਰ ਸਨ, ਸ਼ਾਇਰਾਂ ਦੀ ਕਦਰ ਕਰਦੇ, ਪਾ ਕੇ ਬਖਸ਼ਿਸ਼ਾਂ ਸ਼ਾਇਰ ਸਦਸ਼ਾਇਰ ਹੁੰਦੇ। ਤੇ ਸਤਸੰਗਤ ਜੀ, ਕਲਗੀ ਧਰ ਸਨ ਕਵੀ ਨਿਵਾਜ ਐਸੇ, ਕਲਗੀ ਧਰ ਸਨ ਕਵੀ ਨਿਵਾਜ ਐਸੇ, ਜਿਨ੍ਹਾਂ ਕਵੀਆਂ ਤੇ ਬੜੇ ਉਪਕਾਰ ਕੀਤੇ। ਵੱਖ ਵੱਖ ਭਾਸ਼ਾਵਾਂ ਦੇ ਕਵੀ 52 ਆਪਣੇ ਕਵੀਆਂ ਚ ਉਹਨਾਂ ਸ਼ੁਮਾਰ ਕੀਤੇ, ਤੇ 65,000 ਮੋਹਰਾਂ ਹਾਥੀ ਤੇ ਘੋੜੇ ਉਹਨਾਂ ਕਵੀਆਂ ਤੋਂ ਨਿਸਾਰ ਕੀਤੇ। ਪੌਂਟਾ ਸਾਹਿਬ ਦੇ ਪਾਵਨ ਧਰਤ ਪਾਤਸ਼ਾਹ ਜਮਨਾ ਕੰਢੇ ਦੇ ਕਵੀ ਦਰਬਾਰ ਕੀਤੇ। ਬਹੁਤ ਬਹੁਤ ਧੰਨਵਾਦ ਸਤਸੰਗਤ ਜੀ। ਕਵਿਤਾ ਆਪ ਜੀ ਦੇ ਸਨਮੁਖ ਮੌਕੇ ਦੀ ਰੱਖ ਰਿਹਾ ਹਾਂ ਕਿ ਚੌਥੇ ਪਾਤਸ਼ਾਹ ਦਾ ਦਰ ਅੰਮ੍ਰਿਤਸਰ ਸਿਫਤੀ ਦਾ ਘਰ। ਧੰਨ ਗੁਰੂ ਸਾਹਿਬ ਸ਼੍ਰੀ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਕੁਝ ਕੁ ਬੰਦ ਆਪ ਜੀ ਦੀ ਨਜ਼ਰ ਪੇਸ਼ੇ ਖਿਦਮਤ ਕਰ ਰਿਹਾ ਹਾਂ। ਅਸੀਸ ਬਖਸ਼ਣਾ ਉਸਤਾਦ ਜੀ ਜਾਚਕ ਸਾਹਿਬ ਕਿ ਖੋਜ ਡਿੱਠਾ ਬ੍ਰਹਿਮੰਡ ਸਾਰਾ, ਕਿ ਖੋਜ ਡਿੱਠਾ ਬ੍ਰਹਿਮੰਡ ਸਾਰਾ, ਉਹ ਤੇਰੇ ਜਿਹਾ ਨਹੀਂ ਕੋਈ ਅਵਤਾਰੇ ਹੋਣਾ। ਅਰਸ਼ਾਂ ਦੇ ਮਾਲਕ ਫਰਸ਼ੀ ਆ ਕੇ ਦੇ ਜਾ ਤੂੰ ਦੀਦਾਰ ਸੋਣਾ। 84 ਮੈਦਨੀ ਸਭ ਤੈਨੂੰ ਧਿਆਉਂਦੀਆਂ ਨੇ ਪਾਤਸ਼ਾਹ, ਅੰਮ੍ਰਿਤਸਰ ਸਿਫਤੀ ਦਾ ਕਰ ਗੀਤ ਮਿੱਠੇ ਗਾਉਂਦੀਆਂ ਨੇ ਪਾਤਸ਼ਾਹ। ਕਿ 68 ਤੀਰਥ ਹਰ ਕੀ ਪੌੜੀ, ਬਲਹਾਰ ਬਲਹਾਰ ਜਸ ਗਾਉਂਦੀਆਂ ਨੇ, ਦੁੱਖ ਪੰਜਨੀ ਬੇਰੀ ਦਰਸ਼ਨੀ ਦਿਓੜੀ, ਬਲਹਾਰ ਬਲਹਾਰ ਜਸ ਗਾਉਂਦੀਆਂ ਨੇ। ਤੇ ਲੱਖਾਂ ਕਲਮਾਂ ਲਿਖੀਆਂ, ਲੱਖਾਂ ਕਲਮਾਂ ਲਿਖਣਗੀਆਂ
ਤੇਰੀਆਂ ਵਡਿਆਈਆਂ ਜੀ ਸੋਢੀ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਜੀ, ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਜੀ, ਬਹੁਤ ਬਹੁਤ ਧੰਨਵਾਦ ਕਿ ਚੂਨਾ ਮੰਡੀ ਲਾਹੌਰ ਪਾਕਿਸਤਾਨ ਵਿਖੇ ਸਤਸੰਗ ਜੀ, ਚੂਨਾ ਮੰਡੀ ਲਾਹੌਰ ਪਾਕਿਸਤਾਨ ਵਿਖੇ ਚੌਥੇ ਪਾਤਸ਼ਾਹ ਲਿਆ ਅਵਤਾਰ ਹੈ ਸੀ ਮਾਤਾ ਦਯਾਵੰਤੀ ਜੀ ਨੂੰ ਮਿਲਣ ਵਧਾਈਆਂ, ਪਿਤਾ ਹਰਦਾਸ ਜੀ ਦਾ ਹੋਇਆ ਸਤਕਾਰ ਹੈ ਸੀ, ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਗੁਰੂ ਨਾਨਕ ਧਰਮ ਦੇ ਬਣੇ ਪੈਰੋਕਾਰ ਹੈ ਸੀ, ਵਸਾਇਆ ਅੰਮ੍ਰਿਤਸਰ ਸਿਫਤੀ ਦਾ ਘਰ ਜਿੱਥੇ ਸੱਚਖੰਡ ਵਸੇ ਨਿਰੰਕਾਰ ਹੈ ਸੀ। ਬਹੁਤ ਬਹੁਤ ਧੰਨਵਾਦ ਸਤਸੰਗ ਜੀਓ ਕਿ ਸੰਗਤਾਂ ਆਈਆਂ ਨੇ ਉਹਦੇ ਦਰਬਾਰ ਚੱਲ ਕੇ। ਸਤਸੰਗ ਜੀ ਸੰਗਤਾਂ ਏਦਾਂ ਹੀ ਹੜ ਬਣਾ ਕੇ, ਸਤਸੰਗ ਜੀ ਪਰਸੋਂ ਦੀ ਹਾਜ਼ਰੀ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਅਸੀਸ ਬਖਸ਼ਣਾ ਕਿ ਦੋ ਲਫ਼ਜ਼ ਪੜ੍ਹ ਸਕੀਏ ਕਿ ਸੰਗਤਾਂ ਆਈਆਂ ਨੇ ਉਹਦੇ ਦਰਬਾਰ ਚੱਲ ਕੇ, ਚੌਥਾ ਰੂਪ ਜੋ ਨਾਨਕ ਨਿਰੰਕਾਰ ਦਾ ਹੈ, ਸਿਮਰੇ ਜੋ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਪਾਉਂਦਾ ਸੁੱਖ ਉਹ ਸਾਰੇ ਸੰਸਾਰ ਦਾ ਹੈ, ਕਿ ਬਣ ਕੇ ਵੈਦ ਜੋ ਹਰ ਨਾਮ ਮੁਖ ਦੇਵੇ, ਬਣ ਕੇ ਵੈਦ ਜੋ ਹਰ ਨਾਮ ਮੁਖ ਦੇਵੇ, ਤਪਦੇ ਹਿਰਦਿਆਂ ਨੂੰ ਠਾਰਦਾ ਹੈ ਨਿਮਰਤਾ, ਸੇਵਾ ਸਿਮਰਨ ਦੇ ਪੁੰਜ ਹਨ ਜੋ ਪ੍ਰਕਾਸ਼ ਪੁਰਬ ਅੱਜ ਉਸ ਪਰਵਰ ਦਿਗਾਰ ਦਾ ਹੈ। ਤੇ ਸੋਢੀ ਸੁਲਤਾਨ ਪਾਤਸ਼ਾਹ ਕਵਿਤਾ ਦੇ ਆਖਰੀ ਬੰਦ ਹੋ ਕਿਹਾ ਕਿ ਮੈਂ ਆਪਣਾ ਸਥਾਨ ਲੈ ਰਿਹਾ ਸਤਸੰਗ ਜੀ, ਤੇ ਸੋਢੀ ਸੁਲਤਾਨ ਪਾਤਸ਼ਾਹ ਤੇਰੇ ਦਰ ਤੇ, ਸੋਢੀ ਸੁਲਤਾਨ ਪਾਤਸ਼ਾਹ ਤੇਰੇ ਦਰ ਤੇ ਜਿੰਨਾ ਸੀਸ ਨਿਭਾਇਆ ਹੈ, ਚੜ੍ਹਦੀ ਕਲਾ ਚ ਰਹਿਣ ਸਦਾ ਦੁਨੀਆਂ ਤੇ ਉਹਨਾਂ ਸਭੋ ਕੁਝ ਪਾਇਆ ਹੈ। ਤੇ ਬਹੁਤ ਬਹੁਤ ਧੰਨਵਾਦ। ਤੇ ਅੰਮ੍ਰਿਤਸਰ ਦੀ ਕੀ ਗੱਲ ਕਰੀਏ, ਕਣ ਕਣ ਚ ਅੰਮ੍ਰਿਤ ਵਸਦਾ ਹੈ, ਇੱਥੇ ਰਜਨੀ ਤੇ ਕੌੜੀ ਪਤੀ ਦਾ ਕੋੜ ਭਲਾਂ ਵਿੱਚ ਲੱਥਦਾ ਹੈ। ਤੇ ਅੰਮ੍ਰਿਤਸਰ ਸਿਫਤੀ ਦਾ ਘਰ ਏ, ਅੰਮ੍ਰਿਤਸਰ ਸਿਫਤੀ ਦਾ ਘਰ ਹੈ, ਭਗਤੀ ਸ਼ਕਤੀ ਦੇ ਇੱਥੇ ਭੰਡਾਰੇ ਭਰਪੂਰੇ, ਤੇ ਹਰ ਕੀ ਪੌੜੀ ਇੱਥੇ ਬੇਰੀ ਦੁੱਖ ਭੰਜਨੀ, 68 ਤੀਰਥ ਹਾਜ਼ਰਾ ਹਜ਼ੂਰ ਨੇ, ਚਿਮ ਚਿਮ ਵਰਸੇ ਅੰਮ੍ਰਿਤ ਧਾਰਾ। ਕਵਿਤਾ ਦੀਆਂ ਆਖਰੀ ਪੰਕਤੀਆਂ ਸਤਸੰਗ ਜੀ, ਕਿ ਚਿਮ ਚਿਮ ਵਰਸੇ ਅੰਮ੍ਰਿਤ ਧਾਰਾ, ਸੁਣਦਿਆਂ ਕੀਰਤਨ ਚੜ੍ਹਦਾ ਸਰੂਰੇ, ਤੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਦੁੱਖ ਦਲਿੱਦਰ ਹੋ ਜਾਂਦੇ ਕਫੂਰੇ। ਤੇ ਸੇਵਾ ਸਿਮਰਨ ਹਰ ਵੇਲੇ ਹੁੰਦਾ ਸਤਸੰਗ ਜੀ, ਸੇਵਾ ਸਿਮਰਨ
ਹਰ ਵੇਲੇ ਹੁੰਦਾ, ਹਰ ਸ਼ਖਸ ਸ਼ੁਕਰਾਨਾ ਕਰਦਾ ਏ, ਹਰ ਨਾਮ ਦੇ ਰਸੀਏ ਕੀਰਤਨ ਪਏ ਕਰਦੇ, ਤੇ ਚਿਮ ਚਿਮ ਅੰਮ੍ਰਿਤ ਵਰਦਾ ਏ, ਲੱਖਾਂ ਹੀ ਰੋਜ ਸ਼ਕਣ ਪ੍ਰਸ਼ਾਦਾ, ਲੱਖਾਂ ਹੀ ਰੋਜ ਸ਼ਕਣ ਪ੍ਰਸ਼ਾਦਾ, ਨਹੀਂ ਕੋਈ ਸਾਨੀ ਇਸ ਦੇ ਦਰ ਦਾ ਏ, ਉਹ ਜੋ ਵੀ ਆਉਂਦਾ ਇਸ ਦਰ ਤੇ ਵੀਰ ਗੁਰੂ ਝੋਲੀਆਂ ਭਰਦਾ ਏ, ਜੋ ਵੀ ਆਉਂਦਾ ਇਸ ਦਰ ਤੇ ਵੀਰ ਗੁਰੂ ਝੋਲੀਆਂ ਭਰਦਾ ਏ, ਗੁਰੂ ਝੋਲੀਆਂ ਭਰਦਾ ਏ, ਗੁਰੂ ਝੋਲੀਆਂ ਭਰਦਾ ਏ। ਇਤਨੀ ਸੇਵਾ ਪ੍ਰਵਾਨ ਕਰਨੇ ਜੀ ਬੁਲਾਉਣੀ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।